जी पधेर साहब, यानी कि किसानों को हर तरीके दे नाल डराउण दीआं दबकाउण दीआं कोशिशां कर रहे हैं। हरजीत गरेवाल दे वल्लों एक बार फिर तो बयान आया, जिहड़े किसान कलकत्ते गए ने उन्हां नूं लै के बयान दिता, कह रहे ने कि उह जिहड़ा दौर उन्हां दा बिल्कुल बेअसर साबित हो रहा। ਹਰਜੀਤ ਕਦੇ ਗਰੇਵਾਲ ਜੀ ਦਾ ਬਿਆਨ ਨੂੰ ਕਦੇ ਸੀਰੀਅਸ ਨਹੀਂ ਲੈਣਾ ਚਾਹੀਦਾ। ਉਹ ਤਾਂ 117 ਦੀਆਂ 18 ਸੀਟਾਂ ਜਿੱਤਣ ਵਾਲੀ ਗੱਲ ਕਰ ਰਹੇ ਸੀ, ਉਹਨਾਂ ਨੂੰ ਅੱਜ ਭਾਜਪਾ ਨੂੰ ਉਮੀਦਵਾਰ ਵੀ ਲੱਭੇ ਹੈਗੇ ਤੇ ਆਪਦੇ ਪਿੰਨ ਨਹੀਂ ਬਣ ਸਕੇ। ਯੁਕਤ ਮੋਰਚੇ ਦੇ ਨਾਲ ਹੋ ਕੇ ਨਹੀਂ ਚੱਲ ਰਹੇ, ਹਾਲਾਂਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਬਿਲਕੁਲ ਨਾਲ ਹਾਂ ਕਿਉਂਕਿ ਮੁੱਦਾ ਇੱਕ ਆ, ਪਰ ਇਸ ਤੇ ਸਵਾਲ ਉੱਠ ਰਹੇ ਨੇ। ਮੋਰਚਾ ਜਾ ਰਿਹਾ, ਪ੍ਰਚਾਰ ਕਰ ਰਿਹਾ, ਉਹ ਚੰਗੀ ਗੱਲ ਆ, ਪਰ ਇਹ ਕੋਈ ਬਾਇਦ ਨਹੀਂ ਸੀ ਹੈਗਾ ਵੀ ਸਾਰੇ ਜਾਈਏ ਇੱਦਾਂ ਫਸ ਜਾਈਏ ਜਿਵੇਂ ਜਿਹੜੇ ਕੋਈ ਟਾਈਮ ਹੈਗਾ ਸੀ ਪੰਜਾਬ ਤੋਂ ਰੁੱਝੇ ਹੋਏ ਆ। ਸਾਡੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਬਣ ਸਿੰਘ ਪੰਧੇਰ ਜੁੜ ਚੁੱਕੇ ਨੇ। ਪੰਧੇਰ ਸਾਹਿਬ, ਪ੍ਰੋਗਰਾਮ 'ਚ ਸਵਾਗਤ ਹੈ ਜੀ। ਧੰਨਵਾਦ ਜੀ। ਪੰਧੇਰ ਸਾਹਿਬ, ਇੱਕ ਜਿਹੜੀ ਅੱਧੀ ਰਾਤ ਨੂੰ ਜਿਹੜੀ ਆ ਕਾਰਵਾਈ ਹੋਈ ਆ ਕਿਸਾਨਾਂ ਦੇ ਉੱਤੇ, ਜਿਹੜੇ ਕਿ ਪੱਕੇ ਮਕਾਨ ਬਣਾ ਰਹੇ ਸੀ ਕਿਸਾਨ, ਉਸ ਦੇ ਬਾਰੇ ਕੀ ਜਾਣਕਾਰੀ ਹੈ ਜੀ? ਆ ਦੇਖੋ ਜੀ, ਜਿਸ ਤਰ੍ਹਾਂ ਔਰ ਪਹਿਲੀ ਗੱਲ ਤਾਂ ਵੀ ਆਪਾਂ ਕਿ ਸ਼ੌਕ ਨਾਲ ਹੀ ਬੈਠੇ ਅਜੇ ਸਰਕਾਰ ਨੇ ਸਾਨੂੰ ਇਹ ਕਾਹਦੇ ਰੋਕਿਆ ਜੀ। ਅਸੀਂ ਸੜਕ ਤੇ ਬਹਿ ਗਏ, ਅੰਦੋਲਨ ਚੱਲ ਰਿਹਾ, ਤੁਸੀਂ ਗੱਲ ਕਰਕੇ ਅੰਦੋਲਨ ਨੂੰ ਖਤਮ ਨੀ ਕਰਨਾ ਚਾਹੁੰਦੇ, ਨਿਬੇੜਨਾ ਨੀ ਚਾਹੁੰਦੇ। ਅਸੀਂ ਸਰਦੀ ਲੰਘਾਈ ਆ, ਤਾਂ ਗਰਮੀ ਆ ਰਹੀ ਆ, ਤਾਂ ਬਰਸਾਤ ਆਉਣੀ ਆ, ਤੇ ਜਦੋਂ ਅਸੀਂ ਪੱਕੇ ਰਹਿ ਰਹੇ ਹਾਂ ਤੇ ਫਿਰ ਸਾਨੂੰ ਉਹਦੇ ਲਈ ਕੋਈ ਆਪਣਾ ਸਿਰ ਰਕਾਵਾ ਕਰਨ ਲਈ ਵੀ ਗਰਮੀ ਤੋਂ ਬਚਣ ਲਈ ਵੀ ਪ੍ਰਬੰਧ ਚਾਹੀਦੇ ਆ। ਬਿਲਕੁਲ। ਤੇ ਜੇ ਅਸੀਂ ਪ੍ਰਬੰਧ ਕਰ ਰਹੇ ਹਾਂ ਤੇ ਫਿਰ ਉਹਨੂੰ ਰੋਕਿਆ ਜਾ ਰਿਹਾ ਵੀ, ਜਿਵੇਂ ਐਸਡੀਐਮ ਕੱਲ ਪਹੁੰਚਿਆ ਸੀ ਜੀ, ਜੋ ਅੱਜ ਤੱਕ ਖਬਰਾਂ ਤੋਂ ਉਹਨਾਂ ਖਿਲਾਫ਼ ਕੇਸ ਦਰਜ ਕੀਤੇ ਆ, ਨਿੰਦਾ ਕਰਦੇ ਆ। ਮੈਨੂੰ ਲੱਗਦਾ ਵੀ ਇਹ ਕੋਈ ਜ਼ਿਆਦਾ ਕਾਨੂੰਨ ਨੀ ਕਹਿਣਾ ਵੀ ਐਵੇਂ ਪਹਿਲੀ ਗੱਲ ਡਾਇਰੀ ਡੇਟਿੰਗ ਕੀਤੀ ਜਾਵੇ ਅੰਦੋਲਨ ਦੇ ਖਿਲਾਫ਼, ਰਾਹ ਪੁੱਟੇ ਜਾਣ। ਪਰ ਜੇ ਸਰਕਾਰ ਦਾ ਕੰਮ ਹੁੰਦਾ ਉਹ ਸੁਰੱਖਿਆ ਵੀ ਮੁਹੱਈਆ ਕਰਾਵੇ ਤੇ ਕਿਸਾਨ ਵੀ ਤੇ ਸਾਰੀਆਂ ਲੋੜਾਂ ਵੀ ਪੂਰੀਆਂ ਕਰੇ, ਲੋਕਤੰਤਰ ਵਿੱਚ ਹੱਕ ਆ ਕਿਸਾਨਾਂ ਨੂੰ ਆਪਦੀ ਗੱਲ ਕਰਨ ਦਾ। ਸੋ ਇਸ ਕਿਸਮ ਦੇ ਹੋਲਸੇ ਕਿਸਮ ਦੇ ਜਿਹੜੇ ਅਰਥ ਕੰਡੇ ਆ, ਕੱਟੜ ਸਾਹਿਬ ਇੱਕ ਕੱਟੜ ਜੀ ਇੱਕ ਬੰਨੇ ਕਹਿੰਦੇ ਆ ਵੀ ਅਸੀਂ ਤਾਂ ਰਾਦੀ ਨੀ ਕਰਨੇ ਜੀ, ਤੇ ਦੂਜੇ ਬੰਨੇ ਇਹ ਵੀ ਕਹਿੰਦੇ ਤੁਹਾਨੂੰ ਹੱਕ ਆ ਪ੍ਰਦਰਸ਼ਨ ਕਰਨ ਦਾ। ਤੇ ਫਿਰ ਲੋਕਾਂ ਨੇ ਤਾਂ ਬਈ ਬਹਿਣ ਨਹੀਂ ਆ, ਜਿਹਨਾਂ ਦਾ ਕਿੱਤਾ ਤਬਾਹ ਹੋਇਆ, ਜਿਹਨਾਂ ਦੀਆਂ ਉਹਨਾਂ ਦੀਆਂ ਨਸਲਾਂ ਦਾ ਨੁਕਸਾਨ ਹੋ ਜਾਣਾ, ਜਿਹਨਾਂ ਦਾ ਭੁੱਖ ਦਾ ਅੱਗੇ ਲੱਗਾ ਹੋਇਆ, ਉਹ ਕਿਉਂ ਨਾ ਫਿਰ ਪ੍ਰਬੰਧ ਕਰਨਗੇ। ਯਾਨੀ ਕਿ ਕਿਸਾਨਾਂ ਨੂੰ ਕਰਕੇ ਮਤਲਬ ਸਰਕਾਰ ਦੇ ਧਰਮ ਦੀ ਨਿੰਦਾ ਕਰਦੇ ਆ। ਚਲੋ ਦੇਖਦੇ ਆ, ਗਾਹ ਹੁੰਦਾ ਵੀ ਵਿਚਾਲਾਂ ਦਾ ਨਾਕਾਮਯਾਬ ਹੋਣ ਦੀ ਆਉਣ ਲੱਗੇ ਸਮੇਂ ਚ। ਜੀ ਪਧੇਰ ਸਾਹਿਬ, ਯਾਨੀ ਕਿ ਕਿਸਾਨਾਂ ਨੂੰ ਹਰ ਤਰੀਕੇ ਦੇ ਨਾਲ ਡਰਾਉਣ ਦੀਆਂ ਦਬਕਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਆ ਸਰਕਾਰ ਜਿਹੜੀ ਆ, ਕੇਂਦਰ ਸਰਕਾਰ, ਜਿਵੇਂ ਪਿਛਲੇ ਦਿਨੀ ਵੀ ਜਿਹੜੇ ਪਰਚੇ ਦਰਜ ਕਰੇ ਗਏ ਸੀ, ਪਹਿਲਾਂ ਉਸ ਤੋਂ ਪਹਿਲਾਂ NIA ਦੇ ਵੱਲੋਂ ਨੋਟਿਸ ਭੇਜੇ ਗਏ ਸੀ, ਉਹੀ ਇਸੇ ਕਰਕੇ ਹੁਣ ਵੀ ਅਜਿਹੇ ਹੀ ਹੱਥਕੰਡੇ ਅਪਣਾ ਰਹੇ ਹਾਂ? ਹਾਂ ਦੇਖੋ, ਪੰਜਾਬ ਦੇ ਵਿੱਚ ਤਾਂ ਪ੍ਰੋਸੈਸ ਚੱਲਿਆ ਸੀ ਨਾ, ਆਰਤੀ ਨੂੰ ਟਾਰਗੇਟ ਕੀਤਾ, ਫਿਰ ਗਾਇਕਾਂ ਨੂੰ ਟਾਰਗੇਟ ਕੀਤਾ, ਫਿਰ ਟਰਾਂਸਪੋਰਟਰਾਂ ਨੂੰ, ਫਿਰ NIA ਦੇ ਨੋਟਿਸ ਗਏ, ਫਿਰ ਜਿਵੇਂ ਕਿਸਾਨਾਂ ਦੇ ਪਰਚੇ ਟੋਕੇ, ਫਿਰ ਹੁਣ ਰਾਹ ਪੁੱਟੇ ਗਏ, ਫਿਰ ਸਮੱਸਿਆ ਜਿਸ ਕਿਸਮ ਦੀਆਂ ਕਰੀਆਂ, ਇੱਕ ਦਿਨ ਗੋਲੀ ਪਿਛਲੇ ਬੰਨੇ ਚਲਾਈ ਗਈ, ਹੁਣ ਜੇ ਕੋਈ ਆਪਣਾ ਰਹਿਣ ਬਹਿਣ ਲਈ ਕੋਈ ਜੁਗਾੜ ਬਣਾ ਰਿਹਾ ਤੇ ਉਹਨਾਂ ਨੂੰ ਰੋਕਿਆ ਜਾ ਰਿਹਾ ਵਾ। ਇਹ ਹੱਥ ਕੰਡੇ ਆ, ਮੇਰੇ ਖਿਆਲ ਕਿੰਨੀਆਂ ਚਾਲਾਂ ਸਰਕਾਰ ਦੀਆਂ ਪਹਿਲਾਂ ਲੋਕਾਂ ਨੇ ਪੁੱਟ ਦਿੱਤੀਆਂ, ਇਹ ਵੀ ਚਾਲ ਪੁੱਟੀ ਜਾਣੀ ਆ, ਸਫਲ ਨਹੀਂ ਹੋਣਾ, ਉਹਨਾਂ ਮਜ਼ਬੂਤ ਕਰ ਰਹੇ ਸਾਡੇ ਅੰਦੋਲਨ। ਪੰਧੇਰ ਸਾਹਿਬ, ਇੱਕ ਜਿਹੜੇ ਕਿਸਾਨਾਂ ਦੇ ਸਿੰਘੂ ਬਾਰਡਰ ਜਿਹੜੇ ਕਿਸਾਨ ਬੈਠੇ ਨੇ, ਉਹਨਾਂ ਦੇ ਟੈਂਟ ਨੂੰ ਵੀ ਅੱਗ ਲਗਾਉਣ ਦੀ ਘਟਨਾ ਸਾਹਮਣੇ ਆਈ ਆ, ਕੀ ਲੱਗਦਾ ਕਿ ਤੁਹਾਡੇ ਜਿਹੜੇ ਵਲੰਟੀਅਰ ਨੇ ਜਾਂ ਪਹਿਰੇ ਕਰਦੇ ਨੇ ਜਿਹੜੇ ਉੱਥੇ, ਉਹਨਾਂ ਦੀ ਚੌਕਸੀ ਨਹੀਂ ਹੈ ਅਜਿਹੀਆਂ ਘਟਨਾਵਾਂ ਦੇ ਸਾਹਮਣੇ ਆ ਰਹੀਆਂ ਕਰਕੇ ਬਚਾਅ ਹੋ ਜਾਂਦਾ? ਇੱਕ ਤਾਂ ਦੇਖੋ ਮੌਸਮ ਆ, ਇਸ ਮੌਸਮ ਦੇ ਵਿੱਚ ਮੇਰੇ ਕਿਸਮ ਦੇ ਹਾਲਾਤ ਜਿਹੜੇ ਆ, ਦੂਜਾ ਅਸੀਂ ਇਹਦਾ ਵੀ ਪ੍ਰਬੰਧ ਕਰ ਰਹੇ, ਜਿਵੇਂ ਅੱਗ ਬੁਝਾਊ ਯੰਤਰ ਆ, ਅਸੀਂ NRI ਨੂੰ ਹੋਰਨਾਂ ਨੂੰ ਸੱਜਣਾਂ ਨੂੰ ਕਿਹਾ ਵੀ ਹੱਥਾਂ ਰੱਖਿਆ ਹੋਵੇ, ਪਰ ਵਲੰਟੀਅਰ ਹੁੰਦੇ ਉਹਨਾਂ ਦੇ ਬਹੁਤ ਸਾਰੇ ਕੰਮ ਹੁੰਦੇ ਨੇ, ਲੋਕ ਮਿਲਦੇ ਨਾ ਸਾਰੇ ਵਲੰਟੀਅਰ ਨੇ, ਤੇ ਲੋਕ ਆਪਣੇ ਆਪ ਰੱਖ ਕੇ ਕਰਦੇ ਨੇ। ਪਰ ਹੁਣ ਜਿਸ ਕਿਸਮ ਦੀ ਕੋਈ ਸਾਡੇ ਭੇਸ ਸੀ ਸ਼ਰਾਰਤੀ, ਜਿਵੇਂ ਸਰਕਾਰ ਬਣਾਉਂਦੀ ਆ ਰਿਹਾ ਤਾਂ ਸਾਰੇ ਲਗਾਤਾਰ ਪਹਿਲੋਂ ਵੀ ਅਸੀਂ ਪੜੇ ਸੀ, ਪੱਕਾ ਦੇ ਭੇਸ ਵਿੱਚ ਸ਼ਰਾਬਾਂ ਲਿਆ ਕੇ ਪੜੇ ਗਏ ਇੱਥੇ, ਇੱਥੇ ਮਤਲਬ ਹੋਰ ਖਾਲਿਸਤਾਨ ਦੇ ਪੋਰਟਰ ਉਹਨਾਂ ਦੇ ਕੰਡੇ ਵੰਡਦੇ ਪੜੇ ਗਏ। ਸੋ ਬਹੁਤ ਚਾਲਾਂ ਚੱਲਦੇ ਨੇ ਸਾਨੂੰ ਬਦਨਾਮ ਕਰਨ ਦੇ, ਸੋ ਠੀਕ ਆ, ਉਹਦੇ 'ਚ ਲੜ ਵੀ ਰਹੇ ਆ, ਚੌਕੋ ਚੌਬਨ ਵੀ ਹੈਗੇ ਆ, ਹੋਰ ਇਹਨੂੰ ਤੇਜ਼ ਕਰਾਂਗੇ, ਖਿਆਲ ਰੱਖਾਂਗੇ ਮੈਨੂੰ ਦਾ ਜੀ। ਜੀ ਪਧੇਰ ਸਾਹਿਬ, ਜਿਹੜਾ ਹਰਜੀਤ ਗਰੇਵਾਲ ਦੇ ਵੱਲੋਂ ਇੱਕ ਵਾਰ ਫਿਰ ਤੋਂ ਬਿਆਨ ਆਇਆ, ਜਿਹੜੇ ਕਿਸਾਨ ਕਲਕੱਤੇ ਗਏ ਨੇ ਉਹਨਾਂ ਨੂੰ ਲੈ ਕੇ ਬਿਆਨ ਦਿੱਤਾ, ਕਹਿ ਰਹੇ ਨੇ ਕਿ ਉਹ ਜਿਹੜਾ ਦੌਰ ਆ ਉਹਨਾਂ ਦਾ ਬਿਲਕੁਲ ਬੇਅਸਰ ਸਾਬਤ ਹੋ ਰਿਹਾ। ਔਰ ਦੇਖੋ ਜੀ, ਮੈਂ ਕਹਿੰਦਾ ਸਾਡਾ ਕਲੀਅਰ ਆ ਵੀ ਦੇਖੋ, ਮੁੱਦਾ ਵਾਲੇ ਨਾਲ ਕੋਈ ਮਤਲਬ ਨੀ ਹੈਗਾ, ਨਾ ਵਿਰੋਧੀ ਧਿਰਾਂ ਨੂੰ ਅਸੀਂ ਸਮਝਦੇ, ਉਹਨਾਂ ਦੀਆਂ ਨੀਤੀਆਂ ਠੀਕ ਆ, ਅੰਦੋਲਨ ਭਾਜਪਾ ਦੇ ਸਰਕਾਰ ਖਿਲਾਫ਼ ਚੱਲ ਰਿਹਾ, ਉਹਨਾਂ ਸਟੇਟਾਂ ਜਿੱਥੇ ਇਲੈਕਸ਼ਨ ਆ ਰਹੀਆਂ ਉੱਥੇ MSP ਤੇ ਖਰੀਦੀ ਗਰੰਟੀ ਹੈ ਹੀ ਨੀ ਜੀ, ਇਹ ਮੁੱਦਾ ਵਾਰ ਲਈ ਲੋਕਾਂ ਨੂੰ ਭਾਜਪਾ ਦੀਆਂ ਨੀਤੀਆਂ ਦੁਕਾਨ ਨਾਲ ਲਾਉਣੀ, ਉਹਨਾਂ ਦੀ ਐਮਰਜੈਂਸੀ ਆ, ਕਿਸਾਨਾਂ ਨੂੰ ਅਵੇਅਰ ਕਰਨਾ, ਜਾਗਰੂਕ ਕਰਨਾ,
ਪਰ ਇਹ ਕਹਿਣਾ ਵੀ ਤੁਸੀਂ ਵੋਟ ਜਿੱਥੇ ਮਰਜ਼ੀ ਪਾਓ ਘੱਟੋ ਘੱਟ ਭਾਜਪਾ ਨੂੰ ਨਾ ਪਾਓ, ਇਹ ਜਾਗਰਤ ਕਰਨਾ ਤੇ ਕਿਸਾਨਾਂ ਦਾ ਹੱਕ ਆ। ਹਰਜੀਤ ਗਰੇਵਾਲ ਜੀ ਦਾ ਬਿਆਨ ਨੂੰ ਕਦੀ ਸੀਰੀਅਸ ਨਹੀਂ ਲੈਣਾ ਚਾਹੀਦਾ। ਉਹ ਤਾਂ 117 ਦੀਆਂ 18 ਸੀਟਾਂ ਜਿੱਤਣ ਵਾਲੀ ਗੱਲ ਕਰ ਰਹੇ ਸੀ, ਉਹਨਾਂ ਨੂੰ ਐਤਕੀ ਭਾਜਪਾ ਨੂੰ ਉਮੀਦਵਾਰ ਨਹੀਂ ਲੱਭੇ ਹੈਗੇ ਤੇ ਆਪਦੇ ਪਿੰਡ ਨਹੀਂ ਬਣ ਸਕੇ। ਸੋ ਪੰਜਾਬੀਆਂ ਨੇ ਛੇਕੀ ਹੋਈ ਆ ਭਾਜਪਾ, ਮਤਲਬ ਗਰੇਵਾਲ ਜੀ ਦੇ ਬਿਆਨ ਨੂੰ ਸੀਰੀਅਸ ਲੈਣਾ ਨੀ ਚਾਹੀਦਾ ਮੀਡੀਆ, ਕਿਉਂਕਿ ਪਤਾ ਇਹਨਾਂ ਦਾ ਬਿਆਨ ਕੀ ਦੇਣਾ ਵਾ। ਜਿਹੜਾ ਬੰਦੇ ਖਾਂਦੇ ਪੰਜਾਬ ਦਾ ਵਾ, ਪੀਂਦੇ ਪੰਜਾਬ ਦਾ ਵਾ, ਵੋਟਾਂ ਪੰਜਾਬ ਦੀਆਂ ਲੈਂਦੇ ਨੇ ਤੇ ਗੁਣ ਭਾਜਪਾ ਦੇ ਕੇਂਦਰ ਦੇ ਗਾਈ ਜਾਂਦੇ ਨੇ, ਉਹਨਾਂ ਨੂੰ ਖਲਾਕੀ ਤੌਰ ਤੇ ਕੋਈ ਹੱਕ ਨਹੀਂ ਗਿਆ ਕਿਸਾਨ ਅੰਦੋਲਨ ਤੇ ਬਿਆਨ ਦੇ ਦੋ। ਪਨੇਰ ਸਾਹਿਬ, ਤੁਹਾਡੇ ਜਥੇਬੰਦੀ ਵਿੱਚੋਂ ਵੀ ਕੋਈ ਲੀਡਰ ਗਿਆ ਜਿਹੜਾ ਕਲਕੱਤੇ, ਜਿਹੜੇ ਕਿਸਾਨ ਆਗੂ ਗਏ ਨੇ ਜੀ? ਆਹ ਦੇਖੋ, ਅਸੀਂ ਨਹੀਂ ਜਾ ਸਕੇ, ਸੰਯੁਕਤ ਮੋਰਚੇ ਦਾ ਫੈਸਲਾ ਸੀ, ਉਹ ਗਏ ਆ। ਹੋਵੇ ਅਸੀਂ ਸਮਝਦੇ ਠੀਕ ਆ, ਜਾਗਰਤ ਕਰਨ ਵਾਲੇ ਮਸਲੇ ਤੇ ਉੱਤੇ ਜਿਹੜਾ ਵਾ, ਕਿਉਂਕਿ ਪਨੇਰ ਸਾਹਿਬ ਇਹ ਸਵਾਲ ਉੱਠ ਰਹੇ ਨੇ ਤੁਹਾਡੇ ਨਾਂ ਜਾਣ ਦੇ ਕਰਕੇ ਸਵਾਲ ਉੱਠ ਰਹੇ ਨੇ, ਕਿਉਂਕਿ ਤੁਸੀਂ ਪਹਿਲੇ ਦੌਰ ਦੀਆਂ ਮੀਟਿੰਗਾਂ ਦੇ ਵਿੱਚ ਵੀ ਨਹੀਂ ਸੀਗੇ ਸੀ। ਇਹ ਸਵਾਲ ਉੱਠ ਰਹੇ ਨੇ ਕਿ ਤੁਸੀਂ ਸੰਯੁਕਤ ਮੋਰਚੇ ਦੇ ਨਾਲ ਹੋ ਕੇ ਨਹੀਂ ਚੱਲ ਰਹੇ, ਹਾਲਾਂਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਬਿਲਕੁਲ ਨਾਲ ਹਾਂ ਕਿਉਂਕਿ ਮੁੱਦਾ ਇੱਕ ਆ, ਪਰ ਇਸ ਤੇ ਸਵਾਲ ਉੱਠ ਰਹੇ ਨੇ ਜੀ। ਅਨੇ ਐ ਨਹੀਂ ਕਿਹਾ ਜਾ ਰਿਹਾ, ਕੋਈ ਕੰਪਲਸਰੀ ਨਹੀਂ ਹੈਗਾ, ਕਿਉਂਕਿ ਸਾਡਾ 20 ਸਾਲ ਦੀ ਪ੍ਰੈਕਟਿਸ ਹੈ, ਅਸੀਂ ਕਦੀ ਵੋਟ ਵਾਲੇ ਵਾਲੇ ਦੇ ਧਿਰ ਬਣ ਕੇ ਨਹੀਂ ਚੱਲਦੇ। ਬਹੁਤ ਸਾਰੀਆਂ ਜਥੇਬੰਦੀਆਂ ਵੀ ਹੈਗੀਆਂ, ਸੋ ਆਪੋ ਆਪਣਾ ਕਿਸੇ ਨੂੰ ਵਿਚਾਰ ਰੱਖਣ ਦਾ ਆਖਿਆ ਹੋਵੇ, ਮੋਰਚਾ ਜਾ ਰਿਹਾ, ਪ੍ਰਚਾਰ ਕਰ ਰਿਹਾ, ਉਹ ਚੰਗੀ ਗੱਲ ਆ, ਪਰ ਇਹ ਕੋਈ ਬਾਇੰਡ ਨਹੀਂ ਸੀ ਹੈਗਾ ਵੀ ਸਾਰੇ ਜਾਈਏ ਇੱਦਾਂ ਭੱਜ ਜਾਈਏ। ਜਿਵੇਂ ਜਿਹੜੇ ਕੋਈ ਟਾਈਮ ਹੈਗਾ, ਅਸੀਂ ਪੰਜਾਬ 'ਚ ਰੁੱਝੇ ਹੋਏ ਹਾਂ, ਆਪਦੀਆਂ ਸਿੰਘੂ ਮੋਰਚੇ ਨੂੰ ਮਜ਼ਬੂਤ ਕਰਨ ਲਈ ਹੋਰ ਐਕਟੀਵਿਟੀਜ਼ ਚੱਲ ਰਹੀਆਂ ਨੇ। ਯਾਨੀ ਕਿ ਤੁਹਾਡੇ ਪ੍ਰੋਗਰਾਮ ਉਹਨਾਂ ਤੋਂ ਅਲੱਗ ਚੱਲਣਗੇ ਆਉਣ ਵਾਲੇ ਸਮੇਂ ਦੇ ਵਿੱਚ, ਜਾਂ ਉਹਨਾਂ ਦੇ ਨਾਲ ਹੀ ਚੱਲਣਗੇ? ਨਾ, ਇਹ ਨਹੀਂ ਕਿਹਾ ਜਾ ਸਕਦਾ, ਜਿਹੜੇ ਕੋਲ ਲੋਕਲ ਹੋ ਸਕਦੇ ਉਹ ਆਪਣੇ ਪੱਧਰ ਤੇ ਚੱਲਣਗੇ, ਬਾਕੀ ਜੋ ਸਾਂਝੇ ਪ੍ਰੋਗਰਾਮ ਆਉਂਦੇ ਆ ਸਾਂਝੇ ਸੰਘਰਸ਼ਾਂ ਦੇ ਮੁੱਦੇ ਆ, ਸਾਂਝੇ ਚੱਲਣਗੇ। ਕੀ ਰਹਿਣਗੇ ਅਗਲੇ ਪ੍ਰੋਗਰਾਮ ਰਣਨੀਤੀ ਕੀ ਅਗਲੀ ਜੀ? ਆ ਦੇਖੋ, 15 ਦਾ ਆ ਰਿਹਾ ਵਾ, 17 ਦੇ ਆ, 23 ਦੇ ਆ, 26 ਦਾ ਭਾਰਤ ਬੰਦ ਆ, ਲੇਕਿਨ ਕਰਕੇ ਯੋਜਨਾਬੰਦੀ ਕਰਕੇ ਪੂਰਾ ਸਫਲ ਕਰਾਂਗੇ ਨਾ ਪ੍ਰੋਗਰਾਮ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਪੰਦੇ ਸਾਹਿਬ ਪ੍ਰੋਗਰਾਮ ਜੁੜਨ ਲਈ। 5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।